ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਮੇਰੇ ਚੈਨਲ এডੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ ਸੋ ਅਗਰ ਤੁਸੀਂ P ट्रिपल S B ਵੱਲੋਂ ਕੱਢੇ ਗਈਆਂ ਸਟੋਰ ਕੀਪਰ ਦੀ ਵੈਕੈਂਸੀਜ਼ ਦੇ ਲਈ ਤਿਆਰੀ ਕਰ ਰਹੇ ਹੋ ਜਿਸ ਦਾ ਐਗਜ਼ਾਮ ਹੋਣ ਜਾ ਰਿਹਾ ਹੈ 11 ਸਪਟੈਂਬਰ 2022 ਨੂੰ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤੇ ਇਸ ਦੇ ਵਿੱਚ ਆਪਾਂ ਕੁਝ ਕੁਐਸਚਨ ਅਤੇ ਉਹਨਾਂ ਦੇ ਆਨਸਰ ਡਿਸਕਸ ਕਰਾਂਗੇ ਰਿਗਾਰਡਿੰਗ ਦਾ ਟੌਪਿਕ ਆਫ ਮਟੀਰੀਅਲ ਹੈਂਡਲਿੰਗ ਐਂਡ ਇਟਸ ਇੰਪੋਰਟੈਂਸ ਮਟੀਰੀਅਲ ਹੈਂਡਲ ਕਰਨ ਤੋਂ ਕੀ ਭਾਵ ਹੈ ਅਤੇ ਇਸ ਦੀ ਕੀ ਮਹੱਤਤਾ ਹੈ ਅਗਰ ਤੁਸੀਂ ਸਟੋਰ ਕੀਪਰ ਦੇ ਬਹੁਤ ਹੀ ਬਿਹਤਰੀਨ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਨੋਟਸ ਲੈਣਾ ਚਾਹੁੰਦੇ ਹੋ ਤਾਂ 9876377788 ਸੰਪਰਕ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਆ ਕਵੈਸਚਨ ਨੰਬਰ 1 ਸੋ ਕਵੈਸਚਨ ਨੰਬਰ 1 ਆਪਣਾ ਹੈ ਵਾਟ ਇਜ਼ ਦਾ ਬੈਨੀਫਿਟ ਆਫ ਮਟੀਰੀਅਲ ਹੈਂਡਲਿੰਗ ਮਟੀਰੀਅਲ ਹੈਂਡਲਿੰਗ ਦੇ ਕੀ ਕੀ ਫਾਇਦੇ ਹਨ ਤਾਂ ਇਸ ਦਾ ਆਨਸਰ ਆਏਗਾ ਇਟ ਪ੍ਰੀਵੈਂਟ ਵਰਕਪਲੇਸ ਐਕਸੀਡੈਂਟ ਜਿੱਥੇ ਆਪਾਂ ਕੰਮ ਕਰਦੇ ਆ ਉੱਥੇ ਦੁਰਘਟਨਾਵਾਂ ਹੋਣ ਤੋਂ ਰੋਕਣਾ ਠੀਕ ਹੈ ਇਹਦਾ ਪਹਿਲਾ ਫਾਇਦਾ ਹੈ ਕਿ ਮਟੀਰੀਅਲ ਨੂੰ ਅਗਰ ਕਿਸੇ ਧਿਆਨ ਦੇ ਨਾਲ ਇੱਕ ਸਹੀ ਤਰੀਕੇ ਦੇ ਨਾਲ ਹੈਂਡਲ ਕਰਾਂਗੇ ਤਾਂ ਦੁਰਘਟਨਾਵਾਂ ਦੇ ਚਾਂਸਸ ਘਟ ਜਾਂਦੇ ਨੇ ਦੂਸਰਾ ਹੈ ਇਟ ਇਨਕਰੀਜ਼ ਪ੍ਰੋਡਕਟਿਵਿਟੀ ਐਂਡ ਇਫੈਕਟਿਵਿਟੀ ਤਾਂ ਇਹਦੇ ਨਾਲ ਜਿਹੜੀ ਉਤਪਾਦਨ ਦੀ ਦਰ ਹੈ ਉਹ ਵੱਧ ਜਾਂਦੀ ਹੈ ਅਤੇ ਨਾਲ ਹੀ ਜਿਹੜੀ ਕੰਮ ਕਰਨ ਦੀ ਪ੍ਰਭਾਵਸ਼ੀਲਤਾ ਹੈ ਉਹ ਵੀ ਵੱਧ ਜਾਂਦੀ ਹੈ ਐਫੀਸ਼ੀਐਂਸੀ ਵੱਧ ਜਾਂਦੀ ਹੈ ਮਤਲਬ ਘੱਟ ਸਮੇਂ ਦੇ ਵਿੱਚ ਵੱਧ ਕੰਮ ਹੋ ਜਾਂਦਾ ਹੈ ਕਵੈਸਚਨ ਨੰਬਰ 2 ਆਪਣਾ ਹੈ ਇੰਪੋਰਟੈਂਟ ਮਟੀਰੀਅਲ ਹੈਂਡਲਿੰਗ ਇਕੁਪਮੈਂਟਸ ਆਰ ਮਟੀਰੀਅਲ ਹੈਂਡਲਿੰਗ ਦੇ ਲਈ ਮਹੱਤਵਪੂਰਨ ਇਕੁਪਮੈਂਟ ਕਿਹੜੇ-ਕਿਹੜੇ ਹੁੰਦੇ ਨੇ ਤਾਂ ਇਸ ਦਾ ਆਨਸਰ ਆਏਗਾ ਫੋਰਕ ਲਿਫਟ ਹੈਂਡ ਟਰੱਕਸ ਸਾਈਡ ਲੋਡਰ ਐਂਡ ਪੈਲੇਟ ਰੈਕਸ ਤਾਂ ਇਹ ਬਹੁਤ ਸਾਰੇ ਇਕੁਪਮੈਂਟ ਹੁੰਦੇ ਨੇ ਜੋ ਮਟੀਰੀਅਲ ਨੂੰ ਹੈਂਡਲ ਕਰਨ ਦੇ ਲਈ ਸਟੋਰ ਦੇ ਅੰਦਰ ਯੂਜ਼ ਕੀਤੇ ਜਾਂਦੇ ਨੇ ਸਟੋਰ ਕੀਪਰ ਅਤੇ ਰਿਲੇਟਿਡ ਸਟਾਫ ਦੁਆਰਾ ਠੀਕ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਕਵੈਸਚਨ ਨੰਬਰ 3 ਦੇ ਬਾਰੇ ਕਵੈਸਚਨ ਨੰਬਰ 3 ਤੁਹਾਡਾ ਹੈ ਦਾ ਵਰਡ ਹੈਂਡਲਿੰਗ ਇਨਵੋਲਵ ਦਾ ਐਕਟੀਵਿਟੀਜ਼ ਲਾਈਕ ਹੈਂਡਲਿੰਗ ਦੇ ਵਿੱਚ ਕਿਹੜੇ-ਕਿਹੜੇ ਐਕਟੀਵਿਟੀ ਆ ਜਾਂਦੀਆਂ ਨੇ ਤਾਂ ਪਹਿਲਾ ਆਨਸਰ ਆਏਗਾ ਲੋਡਿੰਗ ਠੀਕ ਹੈ ਮਟੀਰੀਅਲ ਨੂੰ ਲੋਡ ਕਿਵੇਂ ਕਰਨਾ ਕਿਸੇ ਟਰੱਕ ਦੇ ਵਿੱਚ ਜਾਂ ਕਿਸੇ ਵਹੀਕਲ ਦੇ ਵਿੱਚ ਫਿਰ ਉਸ ਨੂੰ ਅਨਲੋਡ ਕਿਵੇਂ ਕਰਨਾ ਠੀਕ ਹੈ ਤੇ ਫਿਰ ਉਸ ਨੂੰ ਲੋਡਿੰਗ ਅਤੇ ਅਨਲੋਡਿੰਗ ਦੇ ਵਿਚਾਲੇ ਜੋ ਰਸਤਾ ਹੁੰਦਾ ਉੱਥੇ ਮੂਵਮੈਂਟਸ ਕਿਸ ਤਰ੍ਹਾਂ ਕਰਨੀਆਂ ਨੇ ਇਹ ਸਾਰੀਆਂ ਐਕਟੀਵਿਟੀ ਹੈਂਡਲਿੰਗ ਦੇ ਅੰਡਰ ਆਉਂਦੀ ਹੈ ਕਵੈਸਚਨ ਨੰਬਰ 4 ਹੈ ਮਟੀਰੀਅਲ ਹੈਂਡਲਿੰਗ ਯੂਸਡ ਡੈਸ਼ ਇਕਵਿਪਮੈਂਟਸ ਮਟੀਰੀਅਲ ਹੈਂਡਲਿੰਗ ਕਿਸ ਤਰ੍ਹਾਂ ਦੇ ਇਕਵਿਪਮੈਂਟ ਯੂਜ਼ ਕਰਦੀ ਹੈ ਤਾਂ ਇਸ ਚ ਆਏਗਾ ਆਟੋਮੇਟਡ ਮਤਲਬ ਸਵੈ ਚਾਲੇ ਤੇ ਜਿਹੜੇ ਹੁੰਦੇ ਨੇ ਜਿਹਦੇ ਚ ਮੈਨ ਪਾਵਰ ਦੀ ਲੋਡ ਨਹੀਂ ਹੁੰਦੀ ਦੂਸਰੇ ਹੁੰਦੇ ਨੇ ਸੈਮੀ ਆਟੋਮੇਟਡ ਤੇ ਤੀਸਰੇ ਹੁੰਦੇ ਨੇ ਮੈਨੂਅਲ ਜਿਹੜੇ ਪ੍ਰੋਪਰਲੀ ਸਿਰਫ ਇਨਸਾਨ ਦੀ ਮਦਦ ਨਾਲ ਹੀ ਕੰਮ ਕਰਦੇ ਨੇ ਕਵੈਸਚਨ ਨੰਬਰ 5 ਹੈ ਮਟੀਰੀਅਲ ਹੈਂਡਲਿੰਗ ਇਨਕਲੂਡ ਮਟੀਰੀਅਲ ਹੈਂਡਲਿੰਗ ਵਿੱਚ ਕੀ ਕੀ ਹੁੰਦਾ ਹੈ ਤੇ ਇਸ ਦਾ ਅਨਸਰ ਆਏਗਾ ਪ੍ਰੋਟੈਕਸ਼ਨ ਮਤਲਬ ਮਟੀਰੀਅਲ ਨੂੰ ਸੁਰੱਖਿਅਤ ਰੱਖਣਾ ਸਟੋਰੇਜ ਉਸ ਨੂੰ ਸਟੋਰ ਕਿਵੇਂ ਕਰਨਾ ਹੈ ਅਤੇ ਉਸ ਦਾ ਕੰਟਰੋਲ ਕਿਵੇਂ ਕਰਨਾ ਹੈ ਕੁਐਸਚਨ ਨੰਬਰ 6 ਹੈ ਮਟੀਰੀਅਲ ਹੈਂਡਲਿੰਗ ਇਜ਼ ਇੰਪੋਰਟੈਂਟ ਡੂਰਿੰਗ ਮਟੀਰੀਅਲ ਹੈਂਡਲਿੰਗ ਕਿਸ ਸਮੇਂ ਜ਼ਿਆਦਾ ਮਹੱਤਵਪੂਰਨ ਹੈ ਤੇ ਇਸ ਦਾ ਅਨਸਰ ਆਏਗਾ ਡੂਰਿੰਗ ਮੈਨੂਫੈਕਚਰਿੰਗ THEN ਵੇਅਰ ਹਾਊਸਿੰਗ ਵੇਅਰ ਹਾਊਸ ਇੱਥੇ ਸਮਾਨ ਜਮਾ ਕੀਤਾ ਜਾਂਦਾ ਹੈ ਬਣੀਆਂ ਹੋਈਆਂ ਗੁਡਸ ਉਸ ਤੋਂ ਬਾਅਦ ਡੂਰਿੰਗ ਡਿਸਟ੍ਰਿਬਿਊਸ਼ਨ then during consumption and finally disposal ਜਦੋਂ ਵੇਸਟ ਨੂੰ ਖਤਮ ਕੀਤਾ ਜਾਂਦਾ ਹੈ ਤਾਂ ਉਸ ਨੂੰ ਡਿਸਪੋਜ਼ਲ ਕਿਹਾ ਜਾਂਦਾ ਹੈ ਤਾਂ ਹਰ ਸਟੈਪ ਦੇ ਉੱਪਰ ਮਟੀਰੀਅਲ ਹੈਂਡਲਿੰਗ ਦੇ ਆਪਣੇ ਆਪਣੇ ਫਾਇਦੇ ਹਨ ਕੁਐਸਚਨ ਨੰਬਰ 7 ਹੈ ASRS ਤੋਂ ਕੀ ਭਾਵ ਹੈ ਤਾਂ ਇਸ ਦਾ ਆਨਸਰ ਹੈਗਾ ਆਟੋਮੇਟਿਡ ਸਟੋਰੇਜ ਐਂਡ ਰੀਟਰੀਵਲ ਸਿਸਟਮ ਠੀਕ ਹੈ ਇੱਕ ਆਟੋਮੇਟਿਡ ਮਤਲਬ ਸਿਸਟਮ ਹੈ ਸੌਫਟਵੇਅਰ ਹੈ ਜਿਸ ਦੇ ਨਾਲ ਸਟੋਰੇਜ ਅਤੇ ਰੀਟਰੀਵਲ ਐਕਟੀਵਿਟੀਆਂ ਨੂੰ ਕੰਟਰੋਲ ਕੀਤਾ ਜਾਂਦਾ ਹੈ ਕਵੈਸਚਨ ਨੰਬਰ 8 ਕਵੈਸਚਨ ਨੰਬਰ 8 ਹੈ ਵਾਟ ਆਰ ਦਾ ਟੂ ਟਾਈਪਸ ਆਫ ਸਟੋਰੇਜ ਤਾਂ ਇਸ ਦਾ ਆਨਸਰ ਆਏਗਾ ਰੈਂਡੋਮਾਈਜ਼ਡ ਸਟੋਰੇਜ ਐਂਡ ਡੈਡੀਕੇਟਡ ਸਟੋਰੇਜ ਰੈਂਡੋਮਾਈਜ਼ ਸਟੋਰ ਤੋਂ ਭਾਵ ਹੁੰਦਾ ਹੈ ਕਿ ਜਦੋਂ ਵੀ ਸਟੋਰ ਦੇ ਵਿੱਚ ਕੋਈ ਨਵੀਂ ਆਈਟਮ ਆਉਂਦੀ ਹੈ ਤਾਂ ਆਪਾਂ ਉਹਨੂੰ ਕਿਤੇ ਵੀ ਸਟੋਰ ਕਰ ਦਈਏ ਜਿੱਥੇ ਵੀ ਸਪੇਸ ਮਿਲੇ ਤਾਂ ਉਸਨੂੰ ਰੈਂਡੋਮਾਈਜ਼ਡ ਸਟੋਰੇਜ ਕਿਹਾ ਜਾਂਦਾ ਹੈ ਡੇਡੀਕੇਟਡ ਉਹ ਪਾਬੁੰਦਾ ਆਪਾਂ ਕਿਸੇ ਪ੍ਰੋਪਰ ਸੀਕੁਐਂਸ ਨੂੰ ਫਾਲੋ ਕਰਦੇ ਹੋਏ ਇੱਕ ਸਿਸਟਮ ਨੂੰ ਫਾਲੋ ਕਰਦੇ ਹੋਏ ਸਹੀ ਪਲੇਸ ਪ੍ਰੋਪਰ ਪਲੇਸ ਦੇ ਉੱਪਰ ਸਟੋਰੇਜ ਕਰੀਏ ਤਾਂ ਉਸ ਨੂੰ ਬੋਲਿਆ ਜਾਂਦਾ ਹੈ ਡੈਡੀਕੇਟਡ ਸਟੋਰੇਜ ਕੁਐਸਚਨ ਨੰਬਰ 9 ਇਨ ਡੈਡੀਕੇਟਡ ਸਟੋਰੇਜ ਆਈਟਮਸ ਆਰ ਸਟੋਰਡ ਔਨ ਦਾ ਬੇਸਿਸ ਆਫ ਡੈਡੀਕੇਟਡ ਸਟੋਰੇਜ ਦੇ ਦੌਰਾਨ ਆਈਟਮਸ ਨੂੰ ਕਿਸ ਆਧਾਰ ਦੇ ਉੱਪਰ ਸਟੋਰ ਕੀਤਾ ਜਾਂਦਾ ਹੈ ਤਾਂ ਇਸ ਦਾ ਆਨਸਰ ਆਏਗਾ ਨੰਬਰ ਸੀਕੁਐਂਸ ਮਤਲਬ ਨੰਬਰ ਦੇ ਅਕੋਰਡਿੰਗਲੀ ਦੂਸਰਾ ਐਕਟੀਵਿਟੀ ਲੈਵਲ ਕਿ ਸਭ ਤੋਂ ਪਹਿਲਾਂ ਕਿਹੜੀ ਐਕਟੀਵਿਟੀ ਕਰਨੀ ਹੈ ਉੱਥੇ ਕਿਹੜੀ ਚੀਜ਼ ਲੋਡਿੰਦੀ ਹੈ ਉਸ ਦੇ ਅਕੋਰਡਿੰਗ ਆਪਾਂ ਉਸ ਨੂੰ ਸਟੋਰੇਜ ਕਰੀਏ ਲਾਸਟ ਹੈ ਐਕਟੀਵਿਟੀ ਟੂ ਸਪੇਸ ਰੇਸ਼ੋ ਮਤਲਬ ਕਿ ਕਿਹੜੀ ਐਕਟੀਵਿਟੀ ਕਰਨੀ ਹੈ ਤੇ ਆਪਣੇ ਕੋਲ ਕਿੰਨੀ ਜਗ੍ਹਾ ਹੈ ਠੀਕ ਹੈ ਤਾਂ ਉਹਨਾਂ ਦੇ ਅਨੁਪਾਤ ਨੂੰ ਦੇਖਦੇ ਹੋਏ ਆਪਾਂ ਸਹੀ ਤਰੀਕੇ ਨਾਲ ਸਹੀ ਪਲੇਸ ਦੇ ਉੱਪਰ ਸਟੋਰੇਜ ਕਰੀਏ ਤਾਂ ਇਸ ਤਿੰਨ ਬੇਸਿਸ ਦੇ ਉੱਪਰ ਆਪਾਂ ਡੈਡੀਕੇਟਿਡ ਸਟੋਰੇਜ ਕਰ ਸਕਦੇ ਹਾਂ ਕੁਐਸਚਨ ਨੰਬਰ 10 ਹੈ ਮਿਨੀਮਮ ਹਿਊਮਨ ਇੰਟਰਵੈਂਸ਼ਨ ਫਾਰ ਮਟੀਰੀਅਲ ਹੈਂਡਲਿੰਗ ਇਜ਼ ਕਾਲਡ ਮਟੀਰੀਅਲ ਹੈਂਡਲਿੰਗ ਦੇ ਲਈ ਇਨਸਾਨ ਦੀ ਜ਼ਿਆਦਾ ਇਨਵੋਲਵਮੈਂਟ ਨੂੰ ਘਟਾਉਣਾ ਠੀਕ ਹੈ ਜ਼ਿਆਦਾਤਰ ਸਾਰਾ ਕੰਮ ਮਸ਼ੀਨੀ ਤੌਰ ਦੇ ਉੱਪਰ ਕਰੀਏ ਤਾਂ ਉਸ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਤਾਂ ਇਸ ਦਾ ਆਨਸਰ ਆਏਗਾ ਆਟੋਮੇਸ਼ਨ ਠੀਕ ਹੈ ਅੱਜ ਕੱਲ ਇੰਡਸਟਰੀ ਵਿੱਚ ਆਟੋਮੇਸ਼ਨ ਦਾ ਯੁੱਗ ਹੈ ਮਤਲਬ ਸਵੈਚਾਲਿਤ ਮਸ਼ੀਨਾਂ ਦੇ ਨਾਲ ਸਾਰਾ ਕੰਮ ਕੀਤਾ ਜਾਂਦਾ ਹੈ so isan das bahut hi important prashn ate unna de uttar related to your material handling topic of the stores ki for exam and complete notes de liye tusi 9876377788 sampark kar sakde ho thank you thanks for what